ਇਹ ਨੁਸਖਾ ਹਫ਼ਤੇ ਵਿੱਚ ਸਿਰਫ ਇੱਕ ਵਾਰ ਲੈ ਲਓ, ਤੁਹਾਡੇ ਸਰੀਰ ਦੇ 90% ਰੋਗ ਠੀਕ ਹੋ ਜਾਣਗੇ। ਗੈਸ, ਐਸੀਡਿਟੀ, ਬਦਹਜ਼ਮੀ ਅਤੇ ਅੰਤੜੀਆਂ ਦੀ ਇਨਫੈਕਸ਼ਨ ਬਿਲਕੁਲ ਠੀਕ ਹੋ ਜਾਵੇਗੀ। ਇਸ ਤੋਂ ਇਲਾਵਾ ਯੂਰਿਕ ਐਸਿਡ, ਨਸਾਂ ਦੀ ਬਲੋਕੇਜ, ਕੋਲੈਸਟਰੋਲ, ਗੁਰਦੇ ਦੀ ਪਥਰੀ ਅਤੇ ਜੋੜਾਂ ਦਰਦ ਵੀ ਕਦੇ ਨਹੀਂ ਹੋਵੇਗਾ। ਜੇ ਤੁਸੀਂ ਸਮੇਂ ਤੋਂ ਪਹਿਲਾਂ ਬੁੱਢੇ ਦਿਖਾਈ ਦੇਣ ਲੱਗ ਗਏ ਹੋ, ਚਿਹਰੇ 'ਤੇ ਬਹੁਤ ਜ਼ਿਆਦਾ ਕਿੱਲ ਮੁਹਾਸੇ ਹੋ ਗਏ ਹਨ ਅਤੇ ਖੂਨ ਵਿੱਚ ਗੰਦਗੀ ਜਮ੍ਹਾਂ ਹੋ ਗਈ ਹੈ, ਤਾਂ ਇਹ ਨੁਸਖਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਇਹ ਨੁਸਖਾ ਪੇਟ ਲਈ ਇੱਕ ਅੰਮ੍ਰਿਤ ਸਮਾਨ ਹੈ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਇਹ ਨੁਸਖਾ ਬਣਾਉਣਾ ਕਿਸ ਤਰ੍ਹਾਂ ਹੈ ਅਤੇ ਲੈਣਾ ਕਿਸ ਤਰ੍ਹਾਂ ਹੈ। ਇਸ ਨੁਸਖੇ ਲਈ ਸਭ ਤੋਂ ਪਹਿਲੀ ਚੀਜ਼ ਜੋ ਲੈਣੀ ਹੈ ਉਹ ਹੈ ਛੋਟੀ ਹਰਡ। ਛੋਟੀ ਹਰਡ ਇਸ ਤਰ੍ਹਾਂ ਦੀ ਦਿਖਦੀ ਹੈ। ਇਹ ਸਾਡੇ ਸਰੀਰ ਵਿੱਚੋਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਦੀ ਹੈ। ਇੱਥੇ ਆਪਾਂ 2 ਵੱਡੇ ਚਮਚ ਹਰਡ ਦੇ ਲਵਾਂਗੇ। ਹੁਣ ਅਗਲੀ ਚੀਜ਼ ਜੋ ਲੈਣੀ ਹੈ ਉਹ ਹੈ ਕਾਲਾ ਨਮਕ। ਇਹ ਵੀ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਸਾਡੇ ਹਾਜ਼ਮੇ ਨੂੰ ਤੇਜ਼ ਕਰਦਾ ਹੈ। ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਫਿਰ ਇਸ ਚੂਰਨ ਦਾ 1/2 ਚਮਚ ਰਾਤ ਨੂੰ ਖਾਣਾ ਖਾਣ ਤੋਂ 1/2 ਘੰਟਾ ਬਾਅਦ ਗੁਣਗੁਣੇ ਪਾਣੀ ਵਿੱਚ ਮਿਲਾ ਕੇ ਲੈਣਾ ਹੈ। ਇਸ ਚੂਰਨ ਨਾਲ ਅੰਤੜੀਆਂ ਸਾਫ਼ ਹੋ ਜਾਣਗੀਆਂ ਅਤੇ ਸਰੀਰ ਵਿੱਚ ਜਮ੍ਹਾਂ ਗੰਦਗੀ ਬਾਹਰ ਨਿਕਲ ਜਾਵੇਗੀ। ਇਹ ਨੁਸਖਾ ਬਹੁਤ ਹੀ ਜ਼ਿਆਦਾ ਅਸਰਦਾਰ ਹੈ। ਇਸ ਨੂੰ ਹਰ ਕੋਈ ਲੈ ਸਕਦਾ ਹੈ। ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਉਮੀਦ ਹੈ ਇਹ ਨੁਸਖਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਵੀਡੀਓ ਦੇਖਣ ਲਈ ਧੰਨਵਾਦ।